ਇਹ ਸਵਾਲ ਹੈ ਕਿ ਇਸ ਕਬਰ ਦਾ ਪੋਸਟਮਾਰਟਮ ਕਿਉਂ ਨਹੀਂ ਹੋਇਆ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਕਿ ਉਹਨਾਂ ਦੇ ਕਿਉਂਕਿ ਉਹਨਾਂ ਦੇ ਘਰ ਦੇ ਕੰਮ ਹੋਇਆ ਹੁਣ ਆਪਦੇ ਦੁਸ਼ਮਣੋ ਕਿਵੇਂ ਬਣ ਜਾਣ ਦਿਸਮ ਤੇ ਨਾ ਕਾਲੇ ਕਾਲੇ ਚਟਾਕ ਪਏ ਸੀ ਜਿਵੇਂ ਜ਼ਹਿਰ ਦੇ ਮਲਮਾਤ ਹੁੰਦੇ ਨੇ ਨਾ ਇਸ ਤਰ੍ਹਾਂ ਦੇ ਚਟਾਕ ਸੀ ਅੱਛਾ ਉਹਨਾਂ ਦਾ ਦੋਵੇਂ ਇਹ ਨਾ ਜ਼ੁਬਾਨਾਂ ਤੇ ਬੁੱਲ ਕਾਲੇ ਸ਼ਾਹ ਹੋਏ ਬਹੁਤ ਏਡੇ ਸੋਹਣੇ ਸੀ ਦੋਵੇਂ ਦੋਵੇਂ ਸ਼ਰਾਫਤ ਬੜਾ ਸੋਹਣਾ ਸੀ ਪਰ ਉਹਨਾਂ ਦੇ ਜਿਹੜੇ ਬੁੱਲ ਕਾਲੇ ਸ਼ਾਹ ਤੇ ਜ਼ੁਬਾਨ ਇਹ ਨਾ ਜਿਹੜੀ ਫੱਟੀ ਪਈ ਸੀ ਅੱਛਾ ਮੇਰੀ ਮਾਂ ਆਦੀ ਸੀ ਮੇਰੇ ਭਰਾ ਨੇ ਮੇਰੇ ਭਰਾ ਐ ਮੈਂ ਕੁਛ ਨਹੀਂ ਕਰ ਸਕਦੇ ਤੇ ਤੁਸੀਂ ਨਾ ਰਹਿਣ ਦਿਓ ਅੱਛਾ ਉਹ ਅਸੀਂ ਫਿਰ ਮਾਂ ਦੀ ਗੱਲ ਮੰਨ ਗਏ ਨਾ ਤੇ ਦਫਨਾ ਹੀ ਤਾਂ ਪਰ ਮੇਰਾ ਦਿਲ ਨਹੀਂ ਸੀ ਮੰਨਦਾ ਅੱਛਾ ਪਰ ਮੇਰਾ ਦਿਲ ਨਹੀਂ ਸੀ ਸਾਥ ਦਿੰਦਾ ਮੈਂ ਨਾ ਸੇ ਨਹੀਂ ਪਹਿਲਾ ਟੱਬਾ ਮਾਰਿਆ ਸਾਡਾ ਦਿਲ ਬੜਾ ਡਰਦਾ ਸੀ ਪਤਾ ਨਹੀਂ ਕੀ ਅੰਦਰ ਮਨਜ਼ਾਰ ਹੋਵੇ ਦਾ ਕਿਉਂਕਿ ਕਦੀ ਆਪਾਂ ਮੁਸਲਮਾਨ ਆਪਣੇ ਦਿਲ ਚ ਤਾਂ ਇਹੋ ਹੀ ਗੱਲ ਹੋਣੀ ਹੈ ਜਿਹੜਾ ਅਸੀਂ ਨਾ ਦਿਲ ਸਾਡਾ ਡਰਦਾ ਸੀ ਬੜਾ ਅਸੀਂ ਵਰ ਗਵਰ ਪਾੜਦੇ ਰਹੇ ਆ ਬੜਦੇ ਜਦੋਂ ਉੱਤੇ ਸਲੈਪਾਂ ਦੇ ਪਹੁੰਚੇ ਆ ਤੇ ਵਿਚਲੀ ਸਲੈਪ ਅਸੀਂ ਪੁੱਟੀਏ ਤੇ ਵੇਖਿਆ ਤੇ ਉਵੇਂ ਮੇਰੀ ਭੈਣ ਪਈ ਸੁਭਾਨ ਅੱਲ੍ਹਾ ਕਫਨ ਚਿੱਟਾ ਸਫੈਦ ਕਫਨ ਕੋਈ ਕਫਨ ਨੂੰ ਦਾਗ ਨਹੀਂ ਸੀਗਾ ਕਿਸੇ ਅੰਬਰ ਦਾ ਵੀ ਬਹੁਤਿਆਰਿਸ਼ਾ ਹਮ ਦੇ ਬਾਵਜੂਦ ਵੀ ਕਫਨ ਨੂੰ ਕੁਛ ਨਹੀਂ ਹੋਇਆ ਚਿਹਰਾ ਇਜਾਜ਼ਤ ਨਹੀਂ ਦਿੰਦੇ ਇਜਾਜ਼ਤ ਨਹੀਂ ਦੇਖਣ ਨੂੰ ਨਹੀਂ ਅਸੀਂ ਨਹੀਂ ਦੇਖਿਆ ਕੋਈ ਸਾਡੇ ਦਿਲ ਨਹੀਂ ਮੰਨਿਆ ਪਰ ਉਹਨਾਂ ਵੀ ਇਜਾਜ਼ਤ ਨਹੀਂ ਦਿੱਤੀ ਸਾਨੂੰ ਵੇਖਣ ਦੀ ਅੱਛਾ ਹੱਥੋਂ ਦੇ ਬਾਹਰ ਮੈਂ ਨਹੀਂ ਹੱਥ ਵੇਖਿਆ ਕਿਉਂਕਿ ਮੇਰਾ ਤਾਂ ਉਸ ਟਾਈਮ ਨਾ ਨਹੀਂ ਦਿਲ ਮੰਨ ਰਿਹਾ ਸੀ ਹੌਸਲਾ ਨਹੀਂ ਹੋ ਰਿਹਾ ਮੈਂ ਵੇਖਿਆ ਤੇ ਉਹਨਾਂ ਨੇ ਵੇਖਿਆ ਤੇ ਹੱਥਾਂ ਤੇ ਮਹਿੰਦੀ ਹੋਵੇਂ ਲੱਗੀ ਸੀ ਓਏ ਹੋਏ ਮੇਰੇ ਭਾਂ ਲੈ ਨਾ ਖਿਆ ਰ ਹੱਥ ਤੇ ਜਿੱਥੇ ਜਿੱਥੇ ਮਹਿੰਦੀ ਲੱਗੀ ਸੀ ਉਹਦੇ ਤੇ ਸ਼ਰਾਫਤ ਦਾ ਨਾਮ ਲਿਖਿਆ ਸੀ ਓਏ ਕਿਉਂਕਿ ਉਹ ਪਹਿਲੇ ਮੈਨੂੰ ਰੋਕਦੇ ਸੀ ਲੋ ਜੀ तो जुर्माना हो या दस लाख का जुर्माना हो या वी लाख का जुर्माना हो या तो कितों दे ना करो इंज करो मैं अगर जो मर्जी हो या मैं करामना है, मेरे मेरे कर मेरे रिश्तेदारों ने मेरे खिलाफ़ कार करके मैंने धमकियाँ बात रही मैं हूँ आरिस भट्टी इस वक्त मैं कसूर के गाँव खिड़ी पर मैं मौजूद हूँ चार माह कबल इस गाँव में एक ऐसा वाक्य पेश आया कि जिसने पूरे गाँव को एक परेशानी के आलाम में मुबतला कर दिया सौ की फिज़ा यहाँ पर जब दुल्हा दुल्हन शादी की पहली रात उनके कमरे से जब लाशें ਰਾਮੋਦਵੀ ਤਾਂ ਹਰ ਕੋਈ ਪਰੇਸ਼ਾਨ ਤਾਂ ਕਿ ਆਖਿਰ کیسے ਹੋ ਸਕਦਾ ਹੈ ये कैसा इतफाक़ है कि दोनों की जान जाए वो भी पहली ही रात में शादी हुई रस्में हुई घर वाले आए अपने कमरे में चले गए लेकिन चार बजे के करीब उनको बुलाने की कोशिश की कॉल की तो कॉल नहीं हो रही थी तो उसके बाद जब मैं जाकर जब दरवाजा खोला तो अंदर से दरवाजा खुला भी हुआ था और देखा दोनों की वहाँ पे लाशें पड़ी हुई थी बेड पे शहजादी के भाई इमरान मेरे साथ मौजूद हैं शराफत के घर वालों ने कबर कुशाई का फैसला नहीं किया लेकिन शहजादी का भाई इमरान ने कोशिश की और कानून का दरवाजा खटखटाया दफन तो कर दिया उसी दिन लेकिन उसके बाद सुकून नहीं आया चैन नहीं आया कि किस तरह मेरी बहन की शादी की पहली रात अफ़ात हो सकती है वो बिल्कुल ठीक थी वो खुशबाश थी आखिर किस तरह दरवाज़ा खटखटाने के बाद कानून का इनको एक सहारा मिला और इनको ऑप्शन मिला कि बिल्कुल जी आप पोस्टमार्टम करवाना चाहते हैं तो कबर कुशाई करवाएँ चंद रोज़ कबल कबरकुशाई कबर हुई है और तीन हफ्तों के दरमियान इस डी एन ए की रिपोर्ट भी आ जाएगी इमरान साहब की मामला की सी शादी रजामंदी नाल हुई सी घर वाले खुश ख्वि ਸਨ ਜادیه ਸੀ ਸਾਰੇ ਘਰ ਵਾਲੇ ਖੁਸ਼ ਆ ਸੀ ਕਿਸੇ ਦੇ ਦਿਲ ਜਾਈ ਗੱਲ ਨਹੀਂ ਸੀ ਮਹਿਸੂਸ ਹੁੰਦੀ ਵੀ ਕਿਸੇ ਦੇ ਦਿਲ ਚ ਅੱਗ ਹੈਗੀ ਪਰ ਸਾਰੇ ਖੁਸ਼हाल ਸੀ ਪਤਾ ਨਹੀਂ ਐਸੀ ਕਿਹੜੀ ਨੇ ਦਿਲ ਚ ਦਰਿੰਦਗੀ ਪੈਦਾ ਹੋਈ ਹੈ ਜਿੰਦੀ ਵਈਆਂ ਦੇਣਾ ਸ਼ਾਦੀ ਦੇ ਰਾਤ ਦੋਵਾਂ ਨੇ ਮੇਰੇ ਭੈਣ ਨੂੰ ਤੇ ਮੇਰੇ ਪਰਮਈਏ ਨੂੰ ਇਹਨਾਂ ਨੇ ਮਾਰ ਦਿੱਤਾ ਇਹਨਾਂ ਦੋਵਾਂ ਦਾ ਮੀਆਂ ਬੀਵੀ ਦਾ ਆਪਸ ਵਿੱਚ ਰਿਸ਼ਤਾ ਕੀ ਸੀ ਕਜ਼ਨ ਸੀ ਜਾਂ ਦੂਰ ਦੇ ਰਿਸ਼ਤੇਦਾਰ ਸੀ ਸ਼ਰਾਫਾ ਜਿਹੜਾ ਹੈ ਮੇਰਾ ਮਾਮੇ ਦਾ ਪੁੱਤਰ ਸੀ ਅੱਛਾ ਤੋ ਫਿਰ ਸਾਡੇ ਮਾਮੇ ਦਾ ਪੁੱਤਰ ਲੱਗਾ ਸਾਡਾ ਕਜ਼ਨ ਹੀ ਸੀ ਹਾਂ ਹਾਂ ਤੇ ਅਸੀਂ ਬਚਮਾਂ ਇਕੱਠੇ ਹੀ ਰਹੇ ਹਾਂ ਇਕੱਠੇ ਕੋ ਨਾਲ ਨਾਲ ਸਾਡੇ ਘਰ ਨੇ ਇੱਕੋ ਜਾਂਗਾ ਤੇ ਅਸੀਂ ਜੰਮੇ ਪਲੇ ਹਾਂ ਤੇ ਸਾਡੇ ਵਿੱਚ ਉਹ ਜੀ ਗੱਲ ਨਹੀਂ ਸੀਗੀ ਅੱਛਾ ਪਰ ਇਹ ਵੀ ਜਿਹੜੇ ਨਾਲ ਸ਼ਾਦੀ ਦੀ ਰਾਤ ਇਹਨਾਂ ਦੇ ਦੋ ਜੀਆਂ ਨਾਲ ਤਕਰੀਬਨ ਅਸੀਂ ਢਾਈ ਵੀ ਉਧਰ ਆਏ ਹਾਂ ਜਦੋਂ ਅਸੀਂ 4:30 ਵੀ ਮੇਰੀ ਭੈਣ ਨੂੰ ਠਾਉਣ ਗਈ ਹੈ ਵੀ ਮੈਂ ਸਾਡੇ ਕੋਲ ਕੋਲ ਕਾਣੇ ਵੈਸੇ ਮੇਰੀ ਭੈਣ ਗਈ ਤਾਂ ਚਲੋ ਮੈਂ ਭੈਣ ਨੂੰ ਠਾਣੀ ਆ ਤੇ ਮੇਰੀ ਜੀ ਸ਼ਰਾਫਤ ਦੀ ਮਾਂ ਇਹਨਾਂ ਮਤਰੀ ਉਹਨੂੰ ਪੁੱਛਿਆ ਮੇਰੀ ਭੈਣ ਨੇ ਵੀ ਤੁਸੀਂ ਉਹਨੂੰ ਸ਼ਰਾਫਤ ਨੂੰ ਠਾਇਆ ਜੀ ਅੱਛਾ ਤੋਨੇ ਹੈ ਅਸੀਂ ਦਰਵਾਜ਼ਾ ਖੜਕਾਇਆ ਤੇ ਉੱਠੇ ਨਹੀਂ ਤੇ ਅੱਛਾ ਤੇ ਮੇਰੀ ਭੈਣ ਨੇ ਹਾਂ ਚਾ ਉਹ ਮੇਰੇ ਨਾਲ ਭਰਾਵਿਆਂ ਨੂੰ ਫੋਨ ਕਰਨ ਲੱਗੀ ਸ਼ਰਾਫਤ ਨੂੰ ਫੋਨ ਕਰਦੀ ਉਹਨੇ ਨਹੀਂ ਚੁੱਕਿਆ ਹਾਂ ਹਾਂ ਫੇ ਮੇਰੀ ਭੈਣ ਨੇ ਦਰਵਾਜ਼ੇ ਨੂੰ ਕੁੱਟਿਆ ਤੇ ਦਰਵਾਜ਼ਾ ਖੁੱਲ ਗਿਆ ਅੰਦਰ ਜਾ ਕੇ ਵੇਖਿਆ ਤੇ ਸ਼ਰਾਫਤ ਥੱਲੇ ਡਿੱਗਾ ਪਿਆ ਸੀ अच्छा ते जे मेरी ਭੈਣ ਸੀ ਮੰਜੇ ਦੇ ਉੱਤੇ ਵੀ ਗੱਦਾ ਹੀ ਗੱਦੇ ਦੇ ਉੱਤੇ ਪਈ ਸੀ ਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਕੋਈ ਜਿਸਮ ਤੇ ਨਿਸ਼ਾਨ ਹੈਗੇ ਸੀ ਕੀ ਸੀ ਕਿਸ ਤਰ੍ਹਾਂ ਦੋਨਾਂ ਦੀ ਵਫਾਤ ਹੋ ਗਈ ਦੋਨਾਂ ਦੇ ਜਿਸਮ ਤੇ ਨਾ ਕਾਲੇ ਕਾਲੇ ਚਟਾਕ ਪਏ ਸੀ ਇਹਨੇ ਜਿਵੇਂ ਜ਼ਹਿਰ ਦੇ ਮਲਮਾਤ ਹੁੰਦੇ ਨੇ ਨਾ ਇਸ ਤਰ੍ਹਾਂ ਦੇ ਚਟਾਕ ਸੀ اچھا ਉਹਨਾਂ ਦੋਵਾਂ ਇਹ ਨਾ ਜ਼ੁਬਾਨਾਂ ਤੇ ਬੁੱਲ ਕਾਲੇ ਸ਼ਾਹ ਹੋਏ ਬੜਾ ਏਡੇ ਸੋਹਣੇ ਸੀ ਦੋਵੇਂ ਦੋਵੇਂ ਸ਼ਰਾਫਤ ਬੜਾ ਸੋਹਣਾ ਸੀ ਪਰ ਉਹਨਾਂ ਦੇ ਜਿਹੜੇ ਬੁੱਲ ਕਾਲੇ ਸ਼ਾਹ ਤੇ ਜ਼ੁਬਾਨ ਇਹ ਨਾ ਜਿਹੜੀ ਫੱਟੀ ਪਈ ਸੀ اچھا ਫਿਰ ਨਾ ਸੀ ਉਹਨਾਂ ਨੂੰ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਡਾਕਟਰ ਸਾਹਿਬ ਨੂੰ ਬੁਲਾਇਆ ਡਾਕਟਰ ਨੇ ਕਿਹਾ ਇਹ ਫੌਤ ਹੋ ਗਏ ਅਸੀਂ ਕੋਸੂਰ ਹਸਪਤਾਲ ਲੈ ਕੇ ਗਏ ਉਹਨਾਂ ਮੇਰੇ ਮਾਮੇ ਨੂੰ ਪੁੱਛਿਆ ਵੀ ਕੀ ਹੋਇਆ ਉਹਨੇ ਕਿਹਾ ਜੀ ਜਨਰੇਟਰ ਅੰਦਰ ਪਿਆ ਸੀ ਤੇ ਉਹਦੀ ਵਈਆਂ ਤੇ ਨਾ ਹੀ ਮੌਤ ਹੋਗੀ ਅੱਛਾ ਪਰ ਮੇਰੀ ਭੈਣ ਸਾਹਿਬ ਤੋਂ ਪਹਿਲੇ ਅੰਦਰ ਗਈ ਉਹਨਾਂ ਦੀ ਜਨਰੇਟਰ ਅੰਦਰ ਹੈ ਹੀ ਨਹੀਂ ਸੀ ਉਸ ਕਮਰੇ 'ਚ ਨਹੀਂ ਐਸੀ ਉਸ ਕਮਰੇ 'ਚ ਨਹੀਂ ਜਨਰੇਟਰ ਬਾਹਰ ਪਿਆ ਸੀ ਬਰਾਂਡੇ 'ਚ ਅੱਛਾ ਉਹਨਾਂ ਨੇ ਕਿਹਾ ਜੀ ਨਹੀਂ ਜੀ ਅੰਦਰ ਸੀ ਅਸੀਂ ਨਾ ਉਹ ਦੋਨਾ ਮੈਂ ਰੋਲਾ ਪਾਇਆ ਆਪਾਂ ਪੋਸਟਮਾਰਟਮ ਕਰਵਾ ਲਈਏ ਮੇਰੇ ਘਰਲੇ ਕੋਈ ਨਹੀਂ ਸੀ ਮੰਨਦੇ ਮੇਰੀ ਮਾਂ ਆਦੀ ਸੀ ਮੇਰੇ ਭਰਾ ਨੇ ਮੇਰੇ ਭਰਾ ਐਵੇਂ ਕੁਛ ਨਹੀਂ ਕਰ ਸਕਦੇ ਤੇ ਤੂੰ ਸੁਣਾ ਰਹਿਣ ਦਿਓ ਅੱਛਾ ਉਹ ਅਸੀਂ ਫਿਰ ਮਾਂ ਦੀ ਗੱਲ ਮੰਨ ਗਏ ਨਾ ਤੇ ਦਫਨਾ ਦਿੱਤਾ ਪਰ ਮੇਰਾ ਦਿਲ ਨਹੀਂ ਸੀ ਮੰਨਦਾ ਅੱਛਾ ਪਰ ਮੇਰਾ ਦਿਲ ਨਹੀਂ ਸਾਥ ਦਿੰਦਾ ਮੈਂ ਨਾ ਸੇ ਨਹੀਂ ਹਾਂ ਹਾਂ ਪਰ ਫਿਰ ਮੈਂ ਨਾ ਤਕਰੀਬਨ ਉਹਨਾਂ ਦੇ ਫੌਤ 24 ਪੰਜਵੇਂ ਮਹੀਨੇ ਦੀ 24 ਤਰੀਕ ਨੂੰ ਦਫਨਾਏ ਨੇ ਹਾਂ ਹਾਂ ਤੇ 6ਵੇਂ ਮਹੀਨੇ 16 ਤਰੀਕ ਨੂੰ ਮੰਦਰਖਾਸ ਦੇ ਦਿੱਤੀ ਦਾਲਾਂ ਚ ਨਹੀਂ ਤੇ ਘਰ ਵਾਲਿਆਂ ਨੂੰ ਉਹਨਾਂ ਦੇ ਖਿਲਾਫ ਜਾ ਕੇ ਨਹੀਂ ਮੰਨ ਰਹੇ ਸੀ ਤੁਹਾਡੀ ਰਜ਼ਾਮੰਦ ਨਹੀਂ ਹੋ ਰਹੀ ਸੀ ਪੋਸਟ ਵਟਨ ਕਰਾਂ ਤੇ ਵੀ ਕੋਈ ਵੀ ਨਹੀਂ ਸੀ ਮਨਾ ਮੇਰੇ ਮਾਮਿਆਂ ਜੋ ਨਾ ਮੇਰੇ ਭੈਣਾ ਭਰਾ ਮੇਰੇ ਮਾਂ ਵੀ ਮੈਨੂੰ ਸਾਰਿਆਂ ਨੇ ਆਖਿਆ ਵੀ ਤੈਨੂੰ ਅਸੀਂ ਰਿਸ਼ਤੇਦਾਰਾਂ ਚ ਕੱਢ ਦਿਆਂ ਦੇ ਅੱਛਾ ਤੂੰ ਨਾ ਕਰਵਾ ਮੈਂ ਸਾਰਿਆਂ ਦੇ ਖਿਲਾਫ ਹੋ ਕੇ ਮੈਂ ਕਰਵਾ ਜੀ ਤੀ ਦਰਖਾਸਤ ਦੇ ਦਿੱਤੀ ਦਰਖਾਸਤ ਦੇਣ ਦਾ باوجود ਫਿਰ ਮੈਨੂੰ ਤਰੀਕਾਂ ਪੈਂਦੀਆਂ ਰਹੀਆਂ ਪੈ ਪੈ ਤਰੀਕਾਂ ਪੈ ਪੈ ਫਿਰ ਉਸ ਤੋਂ ਬਾਅਦ ਐ 26 ਤਰੀਕ ਮੈਨੂੰ ਡੇਡ ਮਿਲੀ ਏ ਨਾਵੇਂ ਮਹੀਨੇ ਦੀ ਅੱਛਾ 26 ਤਰੀਕ 10ਵੇਂ 26 ਤਰੀਕ ਨੂੰ ਤੁਹਾਡੀ ਕਵਰ ਕਿ ਸਹੀ ਹੋਵੇ ਦੀ ਜੀ ਮੈਂ ਠੀਕ ਹੈ ਜੀ ਮੈਂ ਸਾਰਾ ਇੰਤਜ਼ਾਮ ਕੀਤੇ ਕਾਰ ਕਰਾ ਕੇ ਤੇ ਟੈਂਟ ਡੰਡ ਲਾਏ ਉਹਨਾਂ ਗਿਆ ਅਸੀਂ ਨਹੀਂ ਆ ਰਹੇ ਅੱਛਾ ਉਹ 26 ਤਰੀਕ ਦੇ ਮੇਰੇ ਭੈਣਾ ਭਰਾ ਵੀ ਮੇਰੇ ਨਾਲ ਸਾਰੇ ਸ਼ਾਮਲ ਹੋ ਗਏ ਪਹਿਲੇ ਸਾਰੇ ਮੇਰੇ ਦੁਸ਼ਮਣ ਸੀ ਬਣੇ ਖਲੇਸ਼ ਵੀ ਨਾ ਕਰਾ ਪਰ ਉਹਨਾਂ ਦੇ ਖਿਲਾਫ ਮੈਂ ਦਰਖਾਸਤ ਦੇ ਦਿੱਤੀ ਉਸ ਤੋਂ ਬਾਅਦ ਸਾਰੇ ਮੇਰੇ ਨਾਲ ਸ਼ਾਮਲ ਹੋ ਗਏ ਉਹਨਾਂ ਮੇਰੇ ਨਾਲ ਰாக ਗਏ ਉਹਨਾਂ ਕਹਿੰਦੇ ਅਸੀਂ ਵੀ ਤੇਰੇ ਨਾਲ ਆ ਅੱਛਾ ਫਿਰ ਅਸੀਂ 26 ਤਰੀਕ ਨੂੰ ਸਾਰੇ ਇੰਤਜ਼ਾਮ ਕੀਤੇ ਕਾਰ ਕਰਾ ਕੇ ਉਹਨਾਂ ਕਹਿੰਦਾ ਜੀ ਡਾਕਟਰ ਸਾਹਿਬ ਦੀ ਟੀਮ ਨਹੀਂ ਬਣੀ ਤੇ ਡਾਕਟਰ ਨਹੀਂ ਆ ਰਹੇ ਅੱਛਾ ਮੈਂ ਕਹਿਆ ਕਿਵੇਂ ਹੋ ਸਕਦਾ ਸਾਨੂੰ ਆਰਡਰ ਮਿਲੇ ਨਾ ਜੱਜ ਜੱਜ ਸਾਹਿਬ ਦੇ ਆਰਡਰ ਮੇਰੇ ਕੋਲ ਪੈ ਅਸੀਂ ਮੈਂ ਸਾਰੇ ਵਾਹੇ ਮੈਂ ਕਹਿਆ ਇਹ ਆਰਡਰ ਨੇ ਮੇਰੇ ਕੋਲ ਇਹ ਕਿਵੇਂ ਹੋ ਸਕਦਾ ਉਹਨਾਂ ਨੇ ਕਿਹਾ ਜੀ ਨਹੀਂ ਡਾਕਟਰਾਂ ਦੀ ਟੀਮ ਨਹੀਂ ਬਣੀ ਫਿਰ 10ਵੇਂ ਮਹੀਨੇ ਦੀ 4 ਤਰੀਕ ਨੂੰ ਸਾਨੂੰ ਡੇਟ ਮਿਲੀ 10ਵੇਂ ਮਹੀਨੇ 4 ਤਰੀਕ ਨੂੰ ਕਬਰ ਖੋਹੀ ਹੋਗੀ ਮੈਂ ਆਪਣੀ ਭੈਣ ਦੇ ਆਪਦੇ ਹੱਥਾਂ ਨਾਲ ਕਬਰ ਖੋਹੀ ਕੀਤੀ ਕੀ ਮੰਜ਼ਰ ਹੈਗਾ ਸੀ ਆਪਣੀ ਜ਼ੁਬਾਨੀ ਦੱਸਣਾ ਚਾਹੋਗੀ ਕਿ ਇੱਕ ਇੱਕ ਐਨਏ 4 ਮਹੀਨੇ ਬਾਅਦ ਵੀ ਕਬਰ ਖੋਹੀ ਤੋਂ ਤੁਮਨ ਹੋ ਰਿਹਾ ਸੀ ਕਿ ਅਮਾ ਜੋ ਕਰਨ ਜਾ ਰਹੇ ਹਾਂ ਯਾ ਅਗਰ ਮੈਂ ਕਰਾਂਗਾ ਤੇ ਉਸ ਤੋਂ ਬਾਅਦ ਮੈਨੂੰ ਕੁਝ ਕੀ ਹਾਲਾਤ ਵੇਖਨੇ ਪੈਣਗੇ ਮੈਂ ਨਾ ਪਹਿਲੇ ਮੇਰੇ ਨਾਲ ਗਾਮਰ ਭਾਈ ਸੀ ਅਸੀਂ ਦੋਨੇ ਕਬਰ ਗਈ ਪਹਿਲਾ ਟੱਬਾ ਮਾਰਾ ਸਾਡਾ ਦਿਲ ਬੜਾ ਡਰਦਾ ਸੀ ਪਤਾ ਨਹੀਂ ਕੀ ਅੰਦਰ ਮੰਜ਼ਰ ਹੋਵੇ ਦਾ ਕਿਉਂਕਿ ਕਦੇ ਆਪਾਂ ਮੁਸਲਮਾਨ ਹੈ ਆਪਣੇ ਦਿਲ ਜਿੱਤੇ ਇਹੋ ਹੀ ਗੱਲ ਹੋਣੀ ਹੈ ਜਿਹੜਾ ਅਸੀਂ ਨਾ ਦਿਲ ਸਾਡਾ ਡਰਦਾ ਸੀ ਬੜਾ ਪਰ ਅਸੀਂ ਆਦੇ ਮੁਰਸ਼ਿਦਾਂ ਨੂੰ ਫੋਨ ਕੀਤਾ ਬਾਬਾ ਜੀ ਆਏ ਗੱਲ ਹੈ ਤੇ ਅਸੀਂ ਕਬਰ ਪਾੜਨ ਗਿਆ ਪੁੱਤਰ ਤੁਸੀਂ ਪਟੋ ਅਸੀਂ ਵਰ ਗਵਰ ਪੜਦੇ ਰਹੇ ਆ ਪੜਦੇ ਜਦੋਂ ਉੱਤੇ ਸਲੈਪਾਂ ਦੇ ਪਹੁੰਚੇ ਆ ਫਿਰ ਵਿਚਲੀ ਸਲੈਪ ਅਸੀਂ ਪੁੱਟੀਏ ਤੇ ਵੇਖਿਆ ਤੇ ਉਵੇਂ ਮੇਰੀ ਭੈਣ ਪਈ ਸੁਭਾਨ ਅੱਲਾਹ ਕਫਨ ਚਿੱਟਾ ਸਫੈਦ ਕਫਨ ਕੋਈ ਕਫਨ ਨੂੰ ਦਾਗ ਨਹੀਂ ਸੀਗਾ ਕਿਸੇ ਅੰਮਰ ਦਾ ਵੀ ਕੋਈ ਸਮੈਲ ਨਹੀਂ ਕੋਈ ਕੋਈ ਐਸੀ ਅਸੀਂ ਚਾਰ ਸਪਰੇਵਾਂ ਲਿਆਂਦੀਆਂ ਸੀ ਕੋਈ ਸਪਰੇ ਨਹੀਂ ਲੱਗੀ ਮਾੜੀ ਜਿਹਾ ਉਹਨਾਂ ਸਪਰੇ ਮਾਰੀ ਤੇ ਬਾਕੀ ਸਪ੍ਰੇਮ ਹੋ ਵੀ ਪਈਆਂ ਸੀ ਕੋਈ ਆਸਾ ਨਹੀਂ ਸੀਗਾ ਵੀ ਹੁੰਦਾ ਨਾ ਕੋਈ ਸਮੈਲ ਇੰਨੇ ਦਿਨ ਹੋ ਗਏ ਨੇ ਸਮੈਲ ਆਂਦੀ ਹੈ ਜਿਹਾ ਕਫਨ ਮੈਲਾ ਹੁੰਦਾ ਹੈ ਇੰਨੀਆਂ بارشਾਂ ਹੋਮ ਦੇ ਬਾਵਜੂਦ ਵੀ ਕਫਨ ਨੂੰ ਕੁਛ ਨਹੀਂ ਹੋਇਆ ਚਿਹਰਾ ਇਜਾਜ਼ਤ ਨਹੀਂ ਦਿੱਤੇ ਨੇ ਦੇਖਣ ਨੂੰ ਨਹੀਂ ਅਸੀਂ ਨਹੀਂ ਦੇਖਿਆ ਕੋਈ ਸਾਡੇ ਦਿਲ ਨਹੀਂ ਮੰਨਿਆ ਪਰ ਉਹਨਾਂ ਵੀ ਇਜਾਜ਼ਤ ਨਹੀਂ ਦਿੱਤੀ ਸਾਨੂੰ ਵੇਖਣ ਦੀ ਅੱਛਾ ਪਰ ਅਸੀਂ ਚਿਹਰਾ ਨਹੀਂ ਵੇਖਿਆ ਪਰ ਕਫਨ ਅਸੀਂ ਆਪਦੇ ਹੱਥਾਂ ਨਾਲ ਦੀ ਭੈਣ ਨੂੰ ਬਾਹਰ ਕੱਢਿਆ ਪਰ ਕੋਈ ਆਸਾ ਨਹੀਂ ਸੀਗਾ ਵੀ ਬੰਦੇ ਨੂੰ ਹੁੰਦਾ ਹੈ ਇਹ ਗੱਲ ਕਿੰਨੀ ਹਕੀਕਤ ਹੈ ਕਿ ਮਹਿੰਦੀ ਲੱਗੀ ਹੋਈ ਸੀ ਉਹ ਜੀ ਇਹ ਕੋਨਾ ਉਹ ਤੇ ਕੀ ਗਦਨੀ ਸੀ ਨਹੀਂ ਚਿਹਰਾ ਵੇਖਿਆ ਕੁਛ ਨਹੀਂ ਨਹੀਂ ਹੱਥਾਂ ਤੇ ਮਹਿੰਦੀ ਲੱਗੀ ਹੋਈ ਸੀ ਹੱਥ ਜਦੋਂ ਬਾਹਰ ਨਿਕਲੇ ਨਾ ਮੇਰੇ ਨਾਲ ਆਮਰ ਭਾਈ ਮੈਂ ਨਾ ਬਾਹਰ ਗਾਣਾ ਆਮਰ ਭਾਈ ਨੇ ਵੇਖਿਆ ਹੱਥੋਂ ਦੇ ਬਾਹਰ ਤਾਂ ਮੈਂ ਨਹੀਂ ਹੱਥ ਵੇਖਿਆ ਕਿਉਂਕਿ ਮੇਰਾ ਤਾਂ ਉਸ ਟਾਈਮ ਨਾ ਨਹੀਂ ਦਿਲ ਮੰਨ ਰਿਹਾ ਸੀ ਹੌਸਲਾ ਨਹੀਂ ਹੋ ਰਿਹਾ ਸੀ ਵੇਖਿਆ ਤੇ ਉਹਨਾਂ ਨੇ ਵੇਖਿਆ ਤੇ ਹੱਥਾਂ ਤੇ ਮਹਿੰਦੀ ਹੋਵੇਂ ਲੱਗੀ ਸੀ ਓਏ ਹੋਏ ਮੇਰੀ ਭੈਣ ਨੇ ਨਾ ਖਾਰ ਹੱਥ ਜਿੱਥੇ ਜਿੱਥੇ ਮਹਿੰਦੀ ਲੱਗੀ ਸੀ ਉਹਦੇ ਤੇ ਸ਼ਰਾਫਤ ਦਾ ਨਾਮ ਲਿਖਿਆ ਸੀ ਉਏ ਤੇ ਉਹ ਵੀ ਹੱਥ ਸੇ ਇੰਜ ਸੀ ਜਿਵੇਂ ਮੇਰੇ ਭੈਣ ਨੂੰ ਦਫਨਾਇਆ ਹੁੰਦਾ ਹੈ ਪੋਸਟਮਾਰਟਮ ਕਰਕੇ ਚਲੇ ਗਏ ਨੇ ਹਾਂ ਹੁਣ ਇਹ ਸਵਾਲ ਹੈ ਕਿ ਇਸ ਕਬਰ ਦਾ ਪੋਸਟਮਾਰਟਮ ਕਿਉਂ ਨਹੀਂ ਹੋਇਆ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਕਿ ਉਹਨਾਂ ਦੇ ਕਿਉਂਕਿ ਉਹਨਾਂ ਦੇ ਘਰ ਦੇ ਕੰਮ ਹੋਇਆ ਹੁਣ ਆਪਦੇ ਦੁਸ਼ਮਣ ਕਿਵੇਂ ਬਣ ਜਾਣ ਇਹ ਤਸੀਂ ਜਿਹੜੇ ਜਿਹੜੇ ਸ਼ਰਾਫਤ ਦੇ ਘਰ ਵਾਲੇ ਨੇ ਤੁਸੀਂ ہمسਾਏ ਗਏ ਹੋ ਮੇਰਾ ਮਾਮੂ ਦਾ ਘਰ ਹੈ ਮਤਲਬ ਕਿ ਘਰ ਵੀ ہمسਾਇਤ ਹੈ ਹਾਂਜੀ ہمسਾਇਆ तकरीबन ਤਿੰਨ ਤਿੰਨ ਘਰ ਛੱਡ ਕੇ ਉਹਨਾਂ ਦਾ ਉਹ ਤੁਹਾਡੇ ਵਾਸਤੇ ਮਸਲੇ ਨਹੀਂ ਪਤਾ ਉਹਨ게 ਤੁਹਾਨੂੰ ਧਮਕੀ ਨਹੀਂ ਕਿ ਬਈ ਕਿਉਂ ਕਰ ਰਹੇ ਹੋ ਅਗਰ ਉਹਨਾਂ ਨੇ ਕੰਮ ਕੀਤਾ ਕਿਉਂਕਿ ਉਹ ਪਹਿਲੇ ਮੈਨੂੰ ਰੋਕਦੇ ਸੀ ਲੋ ਜੀ ਤੇ ਤੁਹਾਨੂੰ ਜੁਰਮਾਨਾ ਹੋਈਆ 10 ਲੱਖ ਦਾ ਜੁਰਮਾਨਾ ਹੋਈਆ ਦਾ 20 ਲੱਖ ਦਾ ਜੁਰਮਾਨਾ ਹੋਈਆ ਦਾ ਤੁਸੀਂ ਕਿੱਥੋਂ ਦਿਓ ਇਹ ਨਾ ਕਰੋ ਇੰਜ ਕਰੋ ਮੈਂ ਕਹਿੰਦਾ ਜੋ ਮਰਜ਼ੀ ਹੋ ਜਾ ਮੈਂ ਇਕਰਾਮ ਨਾ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਖਿਲਾਫ ਕਾਰ ਕਰਕੇ ਮੈਨੂੰ ਧਮਕੀਆਂ ਲਵਾਉਂਦੇ ਸੀ ਨਾ ਕਰਾ ਅਸੀਂ ਤਾਂ ਉਹ ਰਿਸ਼ਤੇਦਾਰਾਂ ਜੋ ਕਾਟਦੇ ਆਂਦੇ ਮੈਂ ਜੋ ਮਰਜ਼ੀ ਹੋ ਜਾਵੇ ਮੈਂ ਨਹੀਂ ਹਟਣਾ ਪਰ ਮੈਂ ਡਟਿਆ ਹੀ ਰਹਾ ਪਰ ਰੋਲਾ ਹੈ ਵੀ ਮੈਂ ਇਹ ਅਪੀਲ ਕਰਨਾ ਚਾਹਨਾ ਹੁਕਮਤਾਨੂ ਸਾਰਾ ਹੁਕਮਰਾਨਾ ਨੂੰ ਵੇਖੋ 10 ਦਿਨ ਹੋ ਗਏ ਨੇ ਸਾਡੇ ਪੋਸਟਮਾਰਡਲ ਨੂੰ ਇਹ ਤੱਕ ਸਾਡੀ ਰਿਪੋਰਟ ਗੰਨਾ ਸਿੰਘ ਥਾਣੇ ਜਿ ਭਈ ਸੈਂਪਲ ਸਾਡੇ ਗੰਨਾ ਸਿੰਘ ਆਈਏ ਪੈਨ ਕਿਉਂ ਅੱਛਾ ਇਹ ਸੈਂਪਲ ਅੱਗੇ ਵੀ ਨਹੀਂ ਗਏ ਤੱਕ ਆਈਏ ਤੱਕ ਕੱਲ ਤੱਕ ਕੱਲ ਕੀ ਤਰੀਖ 11 ਤਰੀਕ ਨੂੰ ਨਾ ਮੈਨੂੰ ਫੋਨ ਕੀਤਾ ਇਹ ਤੁਹਾਡੇ ਸੈਂਪਲ ਆਈਏ ਇੱਥੇ ਪੈਨ ਓਏ ਕਿਸ ਵਈਆਂ ਤੋਂ ਪੈਨ तो फिर तो का भाई है इसका दिल नहीं मुतमिन हो रहा था सुकून नहीं हो रहा था चैन नहीं हो रहा था और दिल में बार बार एक ही चीज़ थी जो इसको पुकार रही थी ललकार रही थी कि भाई मेरी जो बहन है उसकी जान गई है उसको मारा गया वो कोई तिबी मौत नहीं आई उसको फिलहाल अब पोस्टमार्टम हो चुका है शहजादी का चंद रोज़ में रिपोर्ट आ जाएगी रिपोर्ट आने के बाद क्या सूरत हाल होगी क्या रिपोर्ट आएगी वो भी आपके सामने रखेंगे अब कोशिश करेंगे कि शहज़ादी की वालदा से बात करें शहज़ादी के वाल साहब से बात करें और उनकी ज़ुबानी ये सारा जो वाक़ है उनकी ज़ुबानी जानना चाहें कि वो इस बारे में क्या कहते हैं अपने मेज़बान को इजाज़त दीजिए अल्लाह हाँ।